अस्सलामुअलैकुम नाज़रीन, प्रोग्राम फॉलो मी दे विच मैं ताड़ा मेज़बान अहमद खान, कदरदान, मेहरबान ते पाएदान ते नाले थोकदान। नाज़रीन, आज मैं जिस जगह ते खड़ा यह हैगा कुड़ियों कालजो निजामो हस्ती। अर्ज किया है कि तेरे हाथ में कंगन जच नहीं रहा, पागल की बच्ची उतार दे से। घर से भेजा माँ बाप ने कि जा बच्ची तलीम कर ले हासिल जाके। बच्ची आ गई घर से कॉलेज में पढ़ने के लिए और रास्ते में कर लिया 100 वाला कार्ड बिलोड मोबाइल में। ये मोबाइल बैलेंस कहाँ से आता है, कौन बेचता है, क्यों बेचता है, किसको बेचता है? टीचरों बातों मुखालफ से ना घबरा ऐ आशिक, ये तो आती हैं तेरे लिए, तुझे SMS करने के लिए, बातें करने के लिए। नादरी नाज से पता करेंगे कि कुड़ियां घरों जरा साइंस पढ़ने आंदियां, कॉलेज इथे आ गए अपनी केड़ी साइंस ला लेंदियां। और शायद मेरा भी कुछ लग जाए। नादरीन, मैं भी अज पूरे 13 दिन बाद नहा के आया भांडे धोने वाले साबन के नाल, ते आजो पता कर दे जी। अस्सलाम वालेकुम। वालेकुम सलाम। कैसा लग रहा हूं मैं? बिल्कुल बड़े भाई जैसा। मोबाइल च केड़ा नेटवर्क इस्तेमाल कर दे? मौके दे हिसाब नाल जेड़ा सूट करे। मतलब के सारियां सिमां रखियां ने बस्ते दे विच? नहीं, सिर्फ 4 ने। अच्छा, 4 ने बस्ते च, बाकी घर पईयां? हां, चलो इदे। अच्छा, किन्ने SMS कर लेने एक दिन च? जिन्नी देर तक सुलह ना हो जाए उन्नी देर तक कर दी रहनी। ओ अच्छा अच्छा। जो सुलह आई फिर मैं दूजी सिम पा लेनी। ते जेड़ी पढ़ाई है वह किस टाइम होंदी है? घरों तो तुसी पढ़न नहीं आउंदी है बस? हां जी, बहुत पढ़दी है, जिन्ने भी SMS हुण पढ़ के कर जानी, कोई ऐसी गल नहीं। टीचरां दा कोई डर खौफ नहीं तुहानू? कादा डर, आप यही कुछ कर दी है। हेलो, हाउ आर यू? चंगा, तू सुना? नाम ताड़ा? इज्जत। अच्छा, मोबाइल नेटवर्क केड़ा यूज करते थे? जिसके बेसमेंट के अंदर भी नहीं सिग्नल पूरे आंदे होन। अच्छा, पढ़ाई दे दरमियान भी SMS चलते ने? नहीं, पढ़ाई दे दरमियान तो सीधी कॉल ही कर लेती आपा। अच्छा अच्छा, वेरी गुड। ਕਰਦਿਆਂ ਨੂੰ ਪਤਾ ਵੀ ਤੁਸੀਂ ਮੋਬਾਈਲ ਰੱਖਿਆ? ਹਾਂਜੀ ਪਤਾ। ਅੱਛਾ ਪਤਾ। ਇੱਥੇ ਇਜਾਜ਼ਤ ਹੈਗੀ ਹੈ ਕਾਲਜ 'ਚ ਮੋਬਾਈਲ ਲੈ ਕੇ ਆਉਣ ਦੀ ਨਾਲ? ਨਹੀਂ, ਬਿਲਕੁਲ ਨਹੀਂ, ਬਹੁਤ ਪਾਬੰਦੀ। ਤੇ ਫਿਰ ਤੁਸੀਂ ਕਿੱਦਾਂ ਲੈ ਆਉਂਦੀ ਹੈ? ਜੇ ਟੀਚਰ ਨੂੰ ਪਤਾ ਲੱਗ ਜਾਏ ਤੇ ਕੀ ਜੁਰਮਾਨਾ ਹੁੰਦਾ? ਜੁਰਮਾਨਾ ਇਹੀ, ਜਿਹੜੀ ਕੁੜੀ ਕੋ ਮੋਬਾਈਲ ਫੜਿਆ ਜਾਏ ਉਹ ਫਿਰ ਉਸ ਟੀਚਰ ਨੂੰ 100 ਦਾ ਕਾਰਡ ਲੋਡ ਕਰਾ ਦਿੰਦੀ ਹੈ। ਬਾਜੀ ਸ਼ਫਕਤ, ਤੁਸੀਂ ਨਹੀਂ ਕੋਈ ਮੋਬਾਈਲ ਰੱਖਿਆ? ਮੈਂ ਲਾਣਤ ਨਹੀਂ ਭੇਜਦੀ। ਕਿਉਂ? ਮੇਰੇ ਅੱਗੇ ਇੱਥੋਂ 3 ਚੁੱਕੇ ਗਏ ਹੈ। ਤੇ ਚੌਥਾ ਫੇਰ ਲੈ ਲਾ ਤੂੰ। ਲੈ ਦੇ ਫਿਰ, ਅੱਜ ਕੱਲ ਮੇਰਾ ਹੱਥ ਤੰਗ ਆ। ਚੱਲ, ਜਦੋਂ ਖੁੱਲਾ ਹੋਊ ਤਾਂ ਫੇਰ ਆਈ। ਦੇਖ ਬੀਬੀ, ਮੈਂ ਹੋਸਟ ਹਾਂ, ਦੋਸਤ ਨਹੀਂ। ਲੈ ਫੇ, ਦੋਸਤ ਬਣ ਜਾ, ਤੂੰ ਕਿਹੜਾ ਮਿੱਟੀ ਖਾਨਾ? ਲੈ ਵੀ, ਮਿੱਟੀ ਖਾਨਾ ਦੋਸਤ ਦਾ ਕੀ ਤਾਂ ਲੱਗਾ ਜੀ। ਬਹੁਤ ਸ਼ੁਕਰੀਆ ਜੀ। ਚੱਲ ਨਿਕਲ। ਕੀ ਨਾਂ ਤੇਰਾ? ਗੁੜੀਆ। ਗੁੜੀਆ। ਤੇ ਯਾਸਮੀਨ ਤੇਰਾ? ਯਾਸਮੀਨ। ਤੇ ਤੂੰ ਸ਼ਹਜ਼ਾਦੀ? ਸ਼ਹਜ਼ਾਦੀ। ਕਿਸ ਕਲਾਸ ਚ? ਮੈਂ ਟਾਪ ਕਲਾਸ ਚ। ਅੱਛਾ, ਕੋਲੋਂ ਹੀ? ਨਹੀਂ ਨਹੀਂ, ਕੋਲੋਂ ਨਹੀਂ, ਸੋਚ ਕੇ। ਤੁਸੀਂ ਕਿਹੜੀ ਕਲਾਸ ਚ? ਮੈਂ ਸ਼ੀਸ਼ੇ ਦੇ ਗਲਾਸ ਚ। ਅੱਛਾ, ਤੇ ਤੁਸੀਂ? ਨਾਲ ਦੀ ਕਲਾਸ ਚ। ਹੱਸ ਕੇ ਦਿਖਾਓ ਜ਼ਰਾ। ਇਹ ਕਿੱਦਾਂ ਦਾ ਹਾਸਾ? ਇਹ ਅਗਲੇ ਨੂੰ ਹਸਾਉਣ ਵਾਲਾ ਹਾਸਾ। ਲਓ ਜੀ, ਹੁਣ ਅਸਲ ਗੱਲ ਤੇ ਆ ਜੀ। ਗੱਲ ਇਹ ਆ ਕਿ ਮੋਬਾਈਲ ਤੇ ਤੁਸੀਂ ਤਿੰਨਾਂ ਨੇ ਰੱਖੇ ਹੀ ਹੋਣੇ, ਤੁਹਾਨੂੰ ਬੈਲੈਂਸ ਕੌਣ ਕਰਾ ਕੇ ਦਿੰਦਾ? ਪਹਿਲੇ ਤੂੰ ਦੱਸ, ਫਿਰ ਤੂੰ, ਫਿਰ ਤੂੰ, ਫਿਰ ਤੂੰ, 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 ਤੂੰ। ਮੈਨੂੰ ਮੇਰੇ ਅੱਬੀ ਅੰਮੂ ਔਰ ਨਹੀਂ ਅੰਮੀ ਅੱਬੂ ਕਰਾ ਕੇ ਦਿੰਦੇ। ਅੱਛਾ ਅੱਛਾ, ਯਾਨੀ ਸਿੱਧਾ ਹੀ ਝੂਠ? ਬਿਲਕੁਲ। ਤੇ ਤੈਨੂੰ ਯਾਸਮੀਨ? ਮੁਝੇ ਕੋਈ ਵੀ ਨਹੀਂ ਬੈਲੈਂਸ ਕਰਵਾ ਕੇ ਦੇਤਾ, ਮੈਂ ਖੁਦ ਹੀ ਕਰਵਾਤੀ ਹੂੰ, ਕਿਉਂਕਿ ਇਤਨਾ ਪਿਆਰ ਤੁਮਸੇ ਕਰਤੇ ਹੈ ਹਮ ਕਿਆ ਜਾਨ ਲੋਗੇ ਹਮਾਰੀ ਸਨਮ। ਮਤਲਬ? ਮਤਲਬ ਕਿ ਦੁਕਾਨਦਾਰ ਨੇ ਬੈਲੈਂਸ ਭੇਜਣਾ ਹੁੰਦਾ ਨਾ, ਪਰ ਉਹਨੂੰ ਕਹਿੰਦਾ ਕੌਣ ਜਾ ਕੇ ਗੈਸ ਨੰਬਰ ਤੇ ਭੇਜੇ, ਮੈਂ ਨਹੀਂ ਦੱਸਣਾ। ਅੱਛਾ ਅੱਛਾ ਜੀ, ਨਾ ਦੱਸੋ, ਤੂੰ ਦੱਸ ਦਾਦੀ। ਮੇਰੇ ਵੱਲੋਂ ਜਵਾਬ ਨਹੀਂ ਦੱਸਣਾ? ਨਹੀਂ। ਕਿਉਂ? ਮੈਂ ਜੇ ਤੈਨੂੰ ਕਹਾਂ ਮੈਨੂੰ ਕੋਈ ਨਹੀਂ ਕਰਾ ਕੇ ਦਿੰਦਾ, ਫਿਰ ਤੂੰ ਕਰਾ ਦਿਆ ਕਰੇਂਗਾ? ਨਹੀਂ, ਦੱਸ ਹੁਣ। ਸੱਚੀ ਵੀ ਨਾਨੀ, ਤੈਨੂੰ 5 ਦਾ ਵੀ ਨਹੀਂ ਕਰਾ ਕੇ ਦੇਣਾ? ਨਹੀਂ, ਐਸੀ ਗੱਲ ਨਹੀਂ, ਮੇਰੇ ਹਾਲਾਤ ਅੱਜ ਕੱਲ੍ਹ ਜ਼ਰਾ ਟੈਟ ਨੇ। ਮੇਰੇ ਕੋਲ ਰੇਂਜ ਹੈਗਾ, ਕਵੇਂ ਤੇ ਮੈਂ ਢਿੱਲੇ ਕਰ ਦੇਣੀ। ਨਹੀਂ, ਉਹ ਕੋਈ ਰੌਲਾ ਨਹੀਂ, ਲੇਕਿਨ ਮੈਂ ਹੈਗਾ ਕੰਪੇਅਰ, ਮੇਰਾ ਹੋਰ ਕੋਈ ਚੱਕਰ ਨਹੀਂ ਇੱਥੇ। ਤੇ ਫੇਰ ਕੀ, ਇਹ ਕਿਹੜਾ ਕੋਈ ਕੰਮਾਂ 'ਚ ਕੰਮ ਆ? ਅੱਛਾ, ਤੁਹਾਡੇ ਹਿਸਾਬ ਨਾਲ ਕੰਪੇਅਰਿੰਗ ਜਿਹੜਾ ਕੋਈ ਐਡਾ ਔਖਾ ਕੰਮ ਨਹੀਂ ਹੈਗਾ। ਬੜੀ ਗੱਲ ਆ, ਇਹ ਮਾਈਕ ਫੜੋ ਜ਼ਰਾ। ਲਿਆ ਫੜਾ। ਹੁਣ ਤੁਸੀਂ ਤਿੰਨਾਂ ਨੇ ਰਲ ਕੇ ਨਾ ਇਹ ਪ੍ਰੋਗਰਾਮ ਖਤਮ ਕਰਨਾ, ਤੇ ਮੈਂ ਦੇਖਦਾ ਵੀ ਤੁਸੀਂ ਕਿੰਨੇ ਕੁ ਪਾਣੀ 'ਚ ਤਿੰਨੇ ਜਾਣੀਆਂ। ਚਲੋ ਜ਼ਰਾ ਸ਼ੁਰੂ ਕਰੋ। ਨਾਜ਼ਰੀਨ, ਇਸਕੇ ਸਾਥ ਹੀ ਆਜ ਕਾ ਡਰਾਮਾ ਖਤਮ ਕਰਕੇ ਬਸ ਫੜਾ ਦਿਓ, ਦੇਖ ਲੈ ਮੈਂ ਤੁਸੀਂ ਕਿੱਡੀਆਂ ਕੰਪੇਅਰ ਨਹੀਂ ਹੈ। ਲਓ ਨਾਜ਼ਰੀਨ, ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ, ਅਗਲੇ ਹਫ਼ਤੇ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਇਜਾਜ਼ਤ, ਅੱਲਾ ਹਾਫ਼ਿਜ਼।